ਉਸ ਦਿਨ ਜੀ ਉਹ ਮੁੰਡੇ 2 ਮਿੰਟ ਵੀ ਲੇਟ ਹੋ ਜਾਂਦੇ ਇਹ ਨਹਿਰ 'ਚ, ਪਤਾ ਨਹੀਂ ਇਹਨੇ ਕਿੱਥੋਂ ਜਾ ਕੇ ਲੱਭਣਾ ਸੀ ਆਪਾਂ। ਇਹ ਠੀਕ ਨਹੀਂ ਸੀ, ਦਿਮਾਗੀ ਗੱਲਾਂ ਹੋਰ ਹੀ ਕਰੀ ਜਾਂਦਾ ਸੀ, ਸਮਝ ਨਹੀਂ ਸੀ ਆ ਰਹੀ ਨਾ ਇਹਨੂੰ ਨਾ ਸਾਨੂੰ। ਇਹ ਜ਼ਰੂਰੀ ਨਹੀਂ ਹੁੰਦਾ ਵੀ ਕੋਈ ਜ਼ਿੰਦਗੀ ਦੇ ਵਿੱਚ ਜੇ ਕੋਈ ਬੰਦਾ ਡਿਪਰੈਸ਼ਨ ਚਲਿਆ ਗਿਆ ਜਾਂ ਅਪਸੈਟ ਹੋ ਗਿਆ ਵੀ ਉਹਨੇ ਹੁਣ ਠੀਕ ਹੀ ਨਹੀਂ ਹੋਣਾ ਕਦੇ। ਇਲਾਜ ਕਰਾਉਣਾ ਬਹੁਤ ਜ਼ਰੂਰੀ ਆ, ਲੌਜਿਕ 'ਤੇ ਵੀ ਗੱਲ ਸਾਨੂੰ ਕਰਨੀ ਪੈਣੀ ਆ। 3 ਮਹੀਨੇ ਬਾਅਦ ਬਿਲਕੁਲ ਠੀਕ ਹੋ ਕੇ ਆਪਣੇ ਘਰ ਚ ਪੈਸੇ 4 ਇਕੱਠੇ ਕਰਕੇ ਦਿਖਾ, ਫਿਰ ਤੈਨੂੰ ਅਸੀਂ ਰਿਕਸ਼ਾ ਵੀ ਲੈ ਦਾਂਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬੱਚਾ ਜੀ ਅਰਮਾਨ, ਅਰਮਾਨਦੀਪ, ਅਰਮਾਨ ਸਦੀਕੀ ਸਾਨੂੰ 29 ਤਰੀਕ ਨੂੰ 4th ਮਹੀਨੇ ਦੀ ਨੂੰ ਮਿਲਿਆ ਸੀ। 3 ਮਹੀਨੇ ਹੋ ਗਏ ਇਹਨੂੰ ਬੱਚੇ ਨੂੰ ਸਾਡੇ ਕੋਲ ਆਏ, ਟਿੱਬੇ ਵਾਲੇ ਪੁਲ ਤੋਂ ਲੁਧਿਆਣੇ ਤੋਂ ਨਹਿਰ ਦੇ ਤੋਂ ਮਿਲਿਆ ਸੀ। ਉੱਥੇ ਢਾਬੇ ਵਾਲਾ ਵੀਰ ਆ ਸਾਡਾ, ਪਹਿਲਾਂ ਦਾ ਧੰਨਵਾਦ ਆ ਸਾਡੇ ਛੋਟੇ ਭਰਾ ਦਾ, ਵੇਰਕਾ ਬਾਰ ਚਲਾਉਂਦਾ ਬਾਈ। ਉਹਨੇ ਬਾਈ ਨੇ ਇਹਨੂੰ ਨਹਿਰ ਦੇ ਪੁਲ ਤੋਂ ਛਾਲ ਮਾਰਨ ਦੀ ਤਾਕ ਦੇ ਵਿੱਚ ਇਹ ਜਾਂਦਾ ਸੀ, ਹਿੰਮਤ ਨਹੀਂ ਸੀ ਪੈਂਦੀ ਜਾਂ ਮੰਨ ਲਓ ਕੁਛ ਸੋਚ ਰਿਹਾ ਸੀ। ਉਹਨੇ ਭਾਂਪ ਲਿਆ ਵੀ ਇਹ ਨਹਿਰ 'ਚ ਛਾਲ ਮਾਰੂ ਮੁੰਡਾ। ਉਹਨੇ ਜਾ ਕੇ ਇਹਨੂੰ ਫੜ ਲਿਆ, ਫੜ ਕੇ ਇਹਨੂੰ ਢਾਬੇ 'ਤੇ ਬਿਠਾ ਲਿਆ, ਸਾਨੂੰ ਫੋਨ ਕੀਤਾ, ਵੀਡੀਓ ਬਣਾ ਕੇ ਭੇਜੀ। ਅਸੀਂ ਚੰਡੀਗੜ੍ਹ ਸੀ ਉਸ ਦਿਨ, ਚੰਡੀਗੜ੍ਹੋਂ ਅਸੀਂ ਪੇਸ਼ੈਂਟ ਲੈ ਕੇ ਆ ਰਹੇ ਸੀ ਬਾਪੂ ਜੀ ਨੂੰ। ਆਉਂਦੇ ਹੋਏ ਅਸੀਂ ਸਿੱਧਾ ਹੀ ਢਾਬੇ 'ਤੇ ਉੱਥੇ ਚਲੇ ਗਏ ਅਤੇ ਉੱਥੋਂ ਅਰਮਾਨ ਨੂੰ ਮਿਲੇ। ਇਹ ਠੀਕ ਨਹੀਂ ਸੀ, ਦਿਮਾਗੀ ਗੱਲਾਂ ਹੋਰ ਹੀ ਕਰੀ ਜਾਂਦਾ ਸੀ, ਸਮਝ ਨਹੀਂ ਸੀ ਆ ਰਹੀ ਨਾ ਇਹਨੂੰ ਨਾ ਸਾਨੂੰ ਕੀ ਕਹਿਣਾ ਚਾਹੁੰਦਾ ਇਹ। ਇੱਥੇ ਸੁਪਨਿਆਂ ਦੇ ਘਰ ਲੈ ਆਏ, ਵੀਡੀਓ ਸ਼ੇਅਰ ਕਰਤੀ, ਤਾਂ ਫਿਰ ਇਹਦਾ ਡੈਡੀ ਅਤੇ ਇਹਦਾ ਬ੍ਰਦਰ ਆ ਗਏ ਸਾਡੇ ਕੋਲ। ਇਹਦੇ ਫਾਦਰ ਸਾਹਿਬ ਇੰਤਕਾਮੁਦੀਨ ਨਾਮ ਆ। ਤੁਸੀਂ ਕੀ ਕੰਮ ਕਰਦੇ? ਫਲੈਕਸ ਬੋਰਡ ਦਾ ਕੰਮ ਕਰਦੇ ਨੇ। ਇਹਦਾ ਭਰਾ ਸਮੀਰ ਸਦੀਕੀ ਅਤੇ ਇਹ ਅਰਮਾਨ ਸਦੀਕੀ। ਅਤੇ ਅੱਜ ਅਰਮਾਨ 3 ਮਹੀਨੇ ਬਾਅਦ ਬਿਲਕੁਲ ਠੀਕ ਹੋ ਕੇ ਆਪਣੇ ਘਰ ਚੱਲਿਆ। ਸਾਡੇ ਨਾਲ ਬਹੁਤ ਵਧੀਆ ਤਰੀਕੇ ਨਾਲ ਇਹ ਵੀਰ ਰਿਹਾ। ਪਹਿਲਾਂ 1 ਮਹੀਨਾ ਕਿਤਾ ਰਿਹਾ ਅਪਸੈਟ ਥੋੜ੍ਹਾ, ਫਿਰ 1 ਮਹੀਨੇ ਬਾਅਦ ਹੌਲੀ ਹੌਲੀ ਫਰਕ ਪੈਣ ਲੱਗ ਗਿਆ। ਇਹ ਜ਼ਰੂਰੀ ਨਹੀਂ ਹੁੰਦਾ ਵੀ ਕੋਈ ਜ਼ਿੰਦਗੀ ਦੇ ਵਿੱਚ ਜੇ ਕੋਈ ਬੰਦਾ ਡਿਪਰੈਸ਼ਨ ਚਲਿਆ ਗਿਆ ਜਾਂ ਅਪਸੈਟ ਹੋ ਗਿਆ ਵੀ ਉਹਨੇ ਹੁਣ ਠੀਕ ਹੀ ਨਹੀਂ ਹੋਣਾ ਕਦੇ, ਜਾਂ ਉਹਨੂੰ ਕਿਸੇ ਨੇ ਕੁਛ ਕਰਾਤਾ, ਉਹਨੂੰ ਆਪਾਂ ਬਾਬੇ ਦੇ ਲੈ ਜਾਈਏ। ਇਲਾਜ ਕਰਾਉਣਾ ਬਹੁਤ ਜ਼ਰੂਰੀ ਆ, ਲੌਜਿਕ 'ਤੇ ਵੀ ਗੱਲ ਸਾਨੂੰ ਕਰਨੀ ਪੈਣੀ ਆ। ਜੇ ਅੱਜ ਅਸੀਂ ਉੱਦਾਂ ਦੇ ਨਹੀਂ ਰਹੇ ਨਾ ਜਿੱਦਾਂ ਦੇ ਲੋਕ ਪਹਿਲਾਂ ਸੀ, ਅਤੇ ਰੱਬ ਵੀ ਉੱਦਾਂ ਦਾ ਨਹੀਂ ਰਿਹਾ। ਅੱਗੇ ਤਾਂ ਥੌਲਾ ਪਾਏ ਤੋਂ ਹੀ ਬੰਦਾ ਠੀਕ ਹੋ ਜਾਂਦਾ ਸੀ ਅਤੇ ਮਿੱਟੀ ਦੀ ਚੁੰਡੀ ਨਾਲ ਹੀ ਫਰਕ ਪੈ ਜਾਂਦਾ ਸੀ। ਹੁਣ ਤਾਂ 16-16 ਕਰੋੜ ਦੇ ਟੀਕੇ ਲੱਗਦੇ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ 'ਤੇ। ਇਸ ਕਰਕੇ ਸਮਾਂ ਬਦਲ ਰਿਹਾ, ਬਦਲਦੇ ਹੋਏ ਸਮੇਂ 'ਚ ਜੇ ਕੋਈ ਬੱਚਾ ਡਿਪਰੈਸ਼ਨ ਜਾਂਦਾ, ਉਹਦਾ ਬਿਹੇਵੀਅਰ ਬਦਲਦਾ, ਉਹ ਗੁੱਸਾ ਕਰਦਾ ਜਾਂ ਭੱਜ ਦੌੜ ਕਰਦਾ, ਉਹਨੂੰ ਡਾਕਟਰ ਨੂੰ ਚੈੱਕਅਪ ਕਰਾਓ। ਸੁਪਨਿਆਂ ਦੇ ਘਰ ਇੱਥੇ ਹਸਨਪੁਰ ਪਿੰਡ ਲੁਧਿਆਣੇ ਹਰ 15 ਦਿਨਾਂ ਬਾਅਦ ਕੈਂਪ ਲੱਗਦੇ ਨੇ, ਗੁਰੂ ਕੇ ਲੰਗਰਾਂ ਦੇ ਰੂਪ 'ਚ ਦਵਾਈਆਂ ਵਰਤਾਈਆਂ ਜਾਂਦੀਆਂ, ਇੱਥੇ ਲੈ ਆਓ, ਠੀਕ ਹੋ ਸਕਦੇ ਨੇ। ਇਹਨਾਂ ਨੇ ਵੀ ਕੋਸ਼ਿਸ਼ ਬਹੁਤ ਕੀਤੀ ਸੀ, ਟ੍ਰੀਟਮੈਂਟ ਵੀ ਕਰਾਇਆ, ਜਿੱਥੇ ਜਿੱਥੇ ਇਹਨਾਂ ਨੂੰ ਕਿਤੇ ਪਤਾ ਲੱਗਿਆ ਵੀ ਸਿਆਣੇ ਕੋਲ, ਓਜਾ ਕੋਲ ਜਾਣਾ, ਉੱਥੇ ਵੀ ਗਏ। ਪਰ ਅੱਜ ਫਰਕ ਤੁਹਾਡੀਆਂ ਦੁਆਵਾਂ, ਅਰਦਾਸਾਂ ਅਤੇ ਸੀਸਾਂ ਸਤਿਕਾਰ ਅਤੇ ਉਹ ਅੱਲਾ ਦੀ ਮਿਹਰ ਨਾਲ, ਹੈ ਨਾ ਅਰਮਾਨ, ਅੱਲਾ ਨੇ ਕਿਰਪਾ ਕੀ ਨਾ।
ਹੁਣ ਜਾ ਕੇ ਘਰੇ ਕੀ ਕਰੇਗਾ? ਕੁਛ ਨਹੀਂ, ਬਸ ਬੈਠੇ ਰਹੂੰਗਾ। ਕੰਮ ਨਹੀਂ ਨਹੀਂ ਕੰਮ ਕੀ ਕਰੇਗਾ? ਕੰਮ ਫੈਕਟਰੀ 'ਚ ਲੱਗ ਜਾ। ਤੂੰ ਮੈਨੂੰ ਕੀ ਕਹਿੰਦਾ ਸੀ ਇੱਥੇ ਵੀ ਮੈਂ ਕੰਮ ਕਰੂੰਗਾ? ਉਹਦੇ ਗੈਰ ਦੇ ਈ ਰਿਕਸ਼ਾ ਲੈ ਕੇ ਦੇਣਾ। ਹਾਂ ਫਿਰ ਹੁਣ ਜਾ ਕੇ ਤੈਨੂੰ ਈ ਰਿਕਸ਼ਾ ਲੈ ਕੇ ਦੇਣ ਜੇ ਤੇ ਕਿਰਾਏ 'ਤੇ ਲੈ ਦਈਏ ਪਹਿਲਾਂ, ਤੂੰ ਚਲਾ ਕੇ ਦਿਖਾ, ਪੈਸੇ ਚਾਰ ਇਕੱਠੇ ਕਰਕੇ ਦਿਖਾ, ਫਿਰ ਤੈਨੂੰ ਅਸੀਂ ਰਿਕਸ਼ਾ ਵੀ ਲੈ ਦਾਂਗੇ। ਪਰ ਤੈਨੂੰ ਸਾਬਤ ਕਰਨਾ ਪੈਣਾ। ਇਹ ਕਹਿੰਦਾ ਈ ਰਿਕਸ਼ਾ ਚਲਾ ਲੂੰਗਾ ਮੈਂ। ਅਸੀਂ ਇਹਦੇ ਨਾਲ ਪ੍ਰੋਮਿਸ ਵੀ ਕੀਤਾ ਵੀ ਤੈਨੂੰ ਈ ਰਿਕਸ਼ਾ ਅਸੀਂ ਇੰਸਟਾਲਮੈਂਟ ਲੈ ਕੇ ਦੇ ਕੇ ਨਾ ਡਾਊਨ ਪੇਮੈਂਟ ਕਿਸ਼ਤਾਂ 'ਤੇ ਲੈ ਦਾਂਗੇ। ਅਤੇ ਪਰ ਇਹ ਪਹਿਲਾਂ ਸਾਬਤ ਕਰੇ, ਇਹਨੂੰ ਰੈਂਟ 'ਤੇ ਲੈ ਦਿਓ, ਈ ਰਿਕਸ਼ਾ ਕਿਰਾਏ 'ਤੇ ਹਜੇ ਇੰਨਾ ਲੈ ਕੇ ਦਿਓ, ਥੋੜ੍ਹਾ ਕੁ ਮਹੀਨਾ ਦੋ ਮਹੀਨੇ ਚੈੱਕ ਕਰਕੇ ਪਹਿਲਾਂ ਆਪਦੇ ਨਾਲ ਕੰਮ 'ਤੇ ਲਾਓ। ਉਸ ਤੋਂ ਬਾਅਦ ਤੂੰ ਸਾਬਤ ਕਰਕੇ ਦਿਖਾਉਣਾ, 6 ਮਹੀਨਿਆਂ ਦੇ ਵਿੱਚ ਤੂੰ ਸਾਨੂੰ ਦਿਖਾਉਣਾ ਵਾ ਵੀ ਮਹੀਨੇ ਦਾ ਮੈਂ 2,000, 5,000, 10,000 ਕਮਾਇਆ। ਹਾਂਜੀ ਸਾਬਤ ਕਰ ਦੇ, ਅਸੀਂ ਤੈਨੂੰ ਰਿਕਸ਼ਾ ਲੈ ਦਾਂਗੇ, ਇੱਕ ਵਧੀਆ ਆਟੋ ਲੈ ਕੇ ਦੇਵਾਂਗੇ, ਈ ਰਿਕਸ਼ਾ ਬੈਟਰੀ ਵਾਲਾ, ਹੈ ਨਾ? ਹਾਂਜੀ ਪੱਕਾ? ਠੀਕ ਹੈ ਮਾਨ। ਹਾਂਜੀ ਬਸ ਠੀਕ। ਇਸ ਤਰ੍ਹਾਂ ਸਾਧੂ ਚੱਲਦੇ ਭਲੇ, ਨਗਰੀ ਵੱਸਦੀ ਭਲੀ। ਅਰਮਾਨ ਅੱਜ ਆਪਦੇ ਜ਼ਿੰਦਗੀ 'ਚ ਅੱਗੇ ਚੱਲਿਆ ਅਤੇ ਸਾਡੀ ਇਸ ਨਗਰੀ ਦੇ ਵਿੱਚ ਖੁਸ਼ੀਆਂ ਇਸ ਤਰ੍ਹਾਂ ਆਉਂਦੀਆਂ ਰਹਿਣ, ਇੱਦਾਂ ਹੀ ਮਾਮਾ ਦੇ ਪੋਤੇ ਤੋਂ ਠੀਕ ਹੋ ਕੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ, ਥੈਂਕ ਯੂ, ਸ਼ੁਕਰੀਆ। ਨਾ ਨਾ ਜੀ, ਨਾ ਨਾ, ਠੀਕ ਹੈ ਅਰਮਾਨ। ਨਹੀਂ 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 ਪੁੱਤ, ਨਹੀਂ।